ਸਤਿ ਸ਼੍ਰੀ ਅਕਾਲ ਜੀ, ਸਿੱਧੂ ਵਾਈਫਾਈ ਸਟੱਡੀ ਚੈਨਲ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਜੋ ਵੀ ਵਿਦਿਆਰਥੀ PSSS ਬੋਰਡ ਕਲਰਕ ਦੀ ਜਾਂ IT ਦੀ ਤਿਆਰੀ ਕਰ ਰਹੇ ਨੇ, ਉਹ ਪੇਪਰ ਵਿੱਚ ਬੈਠਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖਣ। ਇੱਕ ਵਾਰ ਪਹਿਲਾ ਕੁਐਸਚਨ ਕਰਦੇ ਹਾਂ, ਵਿੱਚ ਸ਼ਾਰਟਕੱਟ ਕੀ ਇਜ਼ ਯੂਜ਼ਡ ਫੋਰ ਅਨਡੂ ਕਮਾਂਡ। ਕਿਹੜੀ ਸ਼ਾਰਟਕੱਟ ਕੀ ਅਸੀਂ ਯੂਜ਼ ਕਰਦੇ ਹਾਂ ਪਿਛਲੇ ਲਾਸਟ ਐਕਸ਼ਨ ਨੂੰ ਦੁਹਰਾਉਣ ਦੇ ਲਈ, ਉਹ ਹੈ Ctrl+Z। Ctrl+Z ਕੀ ਨਾਲ ਅਸੀਂ ਪਿਛਲੇ ਐਕਸ਼ਨ 'ਤੇ ਪਹੁੰਚ ਸਕਦੇ ਹਾਂ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਦਾ ਸਟੋਰ ਫਾਇਲਸ ਆ ਯੂਜ਼ਰ ਨੈ ਯੂਜ਼ਰ ਕੈਨ ਕ੍ਰੀਏਟ। ਸਟੋਰ ਫਾਈਲਾਂ ਨੂੰ ਸਟੋਰ ਕਰਨ ਦੇ ਲਈ ਕੀ ਯੂਜ਼ਰ ਕ੍ਰੀਏਟ ਕਰਦਾ, ਕੀ ਕਰਨਾ ਪੈਂਦਾ? ਕਰਸਰ, ਟੈਕਸਟ, ਫੋਲਡਰ ਆਈਕੋਨ। ਆਨਸਰ ਆ ਫੋਲਡਰ, ਜਿਹਦੇ ਵਿੱਚ ਆਪਾਂ ਮਲਟੀਪਲ ਫਾਇਲਸ ਜਿਹੜੀਆਂ ਸਟੋਰ ਕਰਕੇ ਰੱਖ ਸਕਦੇ ਹਾਂ। ਥਰਡ, ਵਿੱਚ ਆਫ ਦਾ ਫੋਲੋਇੰਗ ਇਸ ਦਾ ਗੈਲਰੀ ਆਫ ਪ੍ਰੀ ਡਰਾਇੰਗ ਪਿਕਚਰ। ਪ੍ਰੀ ਡਿਜ਼ਾਈਨਡ ਪਿਕਚਰਸ ਦੀ ਜਿਹੜੀ ਕਿਹੜੀ ਗੈਲਰੀ ਹੁੰਦੀ ਆ MS ਵਰਡ ਦੇ ਵਿੱਚ, ਉਹ ਹੈ ਕਲਿੱਪ ਆਰਟ। ਫੋਰਥ ਕੁਐਸਚਨ, ਵਿੱਚ ਆਫ ਦਾ ਫੋਲੋਇੰਗ ਸਪਰੈਡਸ਼ੀਟ ਸੋਫਟਵੇਅਰ ਯੂਜ਼ਡ ਫੋਰ ਲਾਈਨੈਕਸ ਆਪਰੇਟਿੰਗ ਸਿਸਟਮ। ਕਿਹੜਾ ਸਪਰੈਡਸ਼ੀਟ ਸੋਫਟਵੇਅਰ ਆ ਜਿਹੜਾ ਲਾਈਨੈਕਸ ਆਪਰੇਟਿੰਗ ਸਿਸਟਮ ਦੇ ਲਈ ਯੂਜ਼ ਹੁੰਦਾ ਹੈ? ਇਹ ਹੈ ਲਿਬਰ ਆਫਿਸ ਕਾਲਕ। ਸੀ ਆਨਸਰ। ਫਿਫਥ ਕੁਐਸਚਨ, ਡੈਸ਼ ਇਜ਼ ਯੂਜ਼ ਟੂ ਐਕਸਪਲੋਰ ਦਾ ਇੰਟਰਨੈਟ। ਇੰਟਰਨੈਟ ਨੂੰ ਐਕਸਪਲੋਰ ਕਰਨ ਦੇ ਲਈ, ਚਲਾਉਣ ਦੇ ਲਈ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ? ਡਰਾ, ਕਲਿੱਪਬੋਰਡ, ਸਪਰੈਡਸ਼ੀਟ, ਬਰਾਊਜ਼ਰ। ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਬਰਾਊਜ਼ਰ। ਨੈਕਸਟ ਕੁਐਸਚਨ, ਵਿੱਚ ਆਫ ਦਾ ਫੋਲੋਇੰਗ ਕੀ ਇਜ਼ ਯੂਜ਼ ਟੂ ਸਿਲੈਕਟ ਨੋਨ ਕੰਟੀਨਿਊ ਸੈਲਸ। ਕਿਹੜੀ ਕੀ ਯੂਜ਼ ਕੀਤੀ ਜਾਂਦੀ ਹੈ? ਇਹਦਾ ਆਨਸਰ ਹੈ ਕਰੈਕਟ, ਕੰਟਰੋਲ। ਨੈਕਸਟ ਕੁਐਸਚਨ, ਦਾ ਮੈਕਸੀਮਮ ਰੇਂਜ ਆਫ ਕੋਲਮਸ ਇਨ MS ਵਰਡ। ਕਿੰਨੇ ਕੋਲਮ ਹੁੰਦੇ ਆ ਉਹਦੇ ਵਿੱਚ MS ਵਰਡ ਦੇ ਵਿੱਚ? 16384। ਜੇ ਆਪਾਂ ਰੋਜ਼ ਦੀ ਗੱਲ ਕੀਤੀ ਜਾਵੇ, 10, 48, 576 ਰੋਜ਼ ਹੁੰਦੀਆਂ ਹਨ। ਨੈਕਸਟ ਕੁਐਸਚਨ ਦੇ ਆਉਣੇ ਆ, ਵਿੱਚ ਸ਼ਾਰਟਕੱਟ ਕੀ ਇਜ਼ ਯੂਜ਼ ਟੂ ਗੋ ਟੂ ਇਨ ਪ੍ਰੀਵੀਅਸ ਸੈੱਲ। ਕਿਹੜੀ ਸ਼ੀ ਕੀ ਯੂਜ਼ ਕੀਤੀ ਜਾਂਦੀ ਹੈ ਵੀ ਪ੍ਰੀਵੀਅਸ ਸੈੱਲ ਦੇ ਵਿੱਚ ਜਾਣ ਦੇ ਲਈ? ਸ਼ਿਫਟ ਟੈਬ। ਨੈਕਸਟ, ਡੈਸ਼ ਇਜ਼ ਵੈਰੀ ਇੰਪੋਰਟੈਂਟ ਟੂ ਇੰਟਰੈਕਟ ਵਿਦ ਕੰਪਿਊਟਰ। ਕੰਪਿਊਟਰ ਨਾਲ ਇੰਟਰੈਕਟ ਕਰਨ ਦੇ ਲਈ ਕਿਹੜੀ ਚੀਜ਼ ਇੰਪੋਰਟੈਂਟ ਆ? ਇਨਪੁੱਟ ਡਿਵਾਈਸ। 1024 ਬਾਈਟਸ ਇਕੁਅਲ ਟੂ, 1024 ਬਾਈਟ ਦਾ ਕੀ ਬਣਦਾ ਵੀ? 1 KB। KB ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਲੋ ਬਾਈਟ, MB ਮੈਗਾਬਾਈਟ, GB ਗੀਗਾਬਾਈਟ। ਅਤੇ ਇੱਕ ਚੀਜ਼ ਤੁਸੀਂ ਇਹਦੇ ਵਿੱਚ ਹੋਰ ਯਾਦ ਰੱਖਣੀ ਆ, 4 ਬਿੱਟ ਦਾ ਇੱਕ ਨਿਬਲ ਬਣਦਾ ਅਤੇ 8 ਬਿੱਟ ਦਾ ਇੱਕ ਹੁੰਦਾ ਬਾਈਟ। ਇਹ ਅਕਸਰ ਹੀ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ, 4 ਬਿੱਟ ਕਾਹਦੇ ਬਰਾਬਰ ਆ? ਇੱਕ ਨਿਬਲ ਦੇ, NIBBLE। 11th ਕੁਐਸਚਨ, ਬਾਈ ਡਿਫਾਲਟ ਦਾ ਅਲਾਈਨਮੈਂਟ ਆਫ ਨੰਬਰ ਇਨ ਆ ਸੈੱਲ ਇਜ਼। ਬਾਈ ਡਿਫਾਲਟ ਜਿਹੜੀ ਅਲਾਈਨਮੈਂਟ ਆ ਨੰਬਰ ਕਿਹੜੀ ਹੁੰਦੀ ਆ? ਸੈਂਟਰ, ਰਾਈਟ, ਲੈਫਟ, ਜਸਟੀਫਾਈ। ਲੈਫਟ ਹੁੰਦੀ ਹੈ ਜੀ। MFD ਸਟੈਂਡ ਫੋਰ, ਇਹਦਾ ਦੱਸੋ ਕੀ ਹੋਊਗਾ MFD? ਇਹਦਾ ਤੁਸੀਂ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੇਣਾ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ, 13th, ਇਨਪੁੱਟ ਡਾਟਾ ਸੱਚ ਐਜ਼ ਫਿੰਗਰ ਪ੍ਰਿੰਟਸ ਐਂਡ ਫੇਸ਼ੀਅਲ ਰੈਕੋਗਨਾਈਜੇਸ਼ਨ ਇਮੇਜਸ ਕੈਨ ਬੀ ਕਲੈਕਟਡ ਬਾਏ ਵਿੱਚ ਇਨਪੁੱਟ ਡਿਵਾਈਸ। ਕਿਹਦੇ ਦੁਆਰਾ ਕੀਤੀਆਂ ਜਾਂਦੀਆਂ ਫਿੰਗਰ ਇਹ ਹੁੰਦੀਆਂ ਜਿਵੇਂ ਫਿੰਗਰ ਪ੍ਰਿੰਟਸ, ਇਹ ਬਾਇਓਮੈਟ੍ਰਿਕ ਡਿਵਾਈਸ ਹੁੰਦਾ ਜੀ। 14th ਕੁਐਸਚਨ ਦੀ ਗੱਲ ਕਰਦੇ ਹਾਂ, ਵਿੱਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟ ਇੰਟਰਨੈਟ ਐਡਰੈਸ। ਇਹਦੇ ਵਿੱਚੋਂ ਕਰੈਕਟ ਇੰਟਰਨੈਟ ਜਿਹੜਾ ਐਡਰੈਸ ਕਿਹੜਾ ਹੈਗਾ ਜੀ? ਕਿਉਂਕਿ ਜਿਹੜਾ ਐਡਰੈਸ ਦੇ ਸਟਾਰਟਿੰਗ ਦੇ ਵਿੱਚ WWW ਦਾ ਹੋਣਾ ਜ਼ਰੂਰੀ ਹੈ, ਇਹਦਾ ਮਤਲਬ ਹੁੰਦਾ WWW ਦਾ ਮੀਨਿੰਗ ਹੁੰਦਾ ਵਰਲਡ ਵਾਈਡ ਵੈੱਬ। ਇਹਦਾ ਜਿਹੜਾ ਫਾਊਂਡਰ ਸੀਗਾ ਟਿਮ ਬਰਨਰਸ ਲੀ ਸੀਗਾ। ਇਹਦਾ ਜੋ ਕਰੈਕਟ ਆਨਸਰ ਹੈ ਉਹ ਹੈ ਏ। ਨੈਕਸਟ ਕੁਐਸਚਨ ਦੇ ਆਉਂਦੇ ਹਾਂ, ਵਿੱਚ ਇਨਪੁੱਟ ਡਿਵਾਈਸ ਇਜ਼ ਦਾ ਮੋਸਟ ਸੂਟੇਬਲ ਫੋਰ ਐਨ ਆਰਕੀਟੈਕਟ ਟੂ ਪ੍ਰਿੰਟ ਆ ਲਾਰਜ ਬਿਲਡਿੰਗ ਪਲੈਨਸ। ਜਿੰਨੇ ਵੀ ਤੁਸੀਂ ਦੇਖੇ ਹੋਣਗੇ ਸ਼ੋਪਸ 'ਤੇ ਜਾਂ ਆਪਾਂ ਘਰਾਂ ਦੇ ਵਿੱਚ ਵਾਲਪੇਪਰ ਲਗਾਉਂਦੇ ਹਾਂ, ਜਿੰਨੇ ਵੀ ਇਹ ਫਲੈਕਸ ਬੋਰਡ ਬਣਦੇ ਨੇ, ਇਹ ਜਿਹੜਾ ਸਾਰਾ ਪ੍ਰਿੰਟ ਆ ਕਿਹਦੇ ਦੁਆਰਾ ਪ੍ਰੋਡਿਊਸ ਕੀਤਾ ਜਾਂਦਾ? ਪਲੋਟਰ ਪ੍ਰਿੰਟਰ ਦੁਆਰਾ। ਇੱਕ ਕੁਐਸਚਨ ਇਹਦੇ ਵਿੱਚ ਹੋਰ ਰੇਜ਼ ਹੁੰਦਾ ਹਨ, ਕਈ ਵਾਰ ਐਗਜ਼ਾਮੀਨਰ ਪੁੱਛ ਲੈਂਦਾ ਵੀ ਕਿਹੜੇ ਪ੍ਰਿੰਟਰ ਸਭ ਤੋਂ ਜ਼ਿਆਦਾ ਮਹਿੰਗੇ ਹੁੰਦੇ ਆ,
ਅਤੇ ਪਲੋਟਰ ਹੀ ਹੁੰਦੇ ਆ। ਇਹ ਤੁਸੀਂ ਧਿਆਨ 'ਚ ਰੱਖਣਾ। ਮੈਨੂੰ ਆਸ ਹੈ ਤੁਹਾਨੂੰ ਇਹ ਵੀਡੀਓ ਅਤੀ ਪਸੰਦ ਆਈ ਹੋਵੇਗੀ, ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਵੇਗੀ। ਅਤੇ ਮੇਰੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਸਿੱਧੂ ਚੈਨ ਵਾਈਫਾਈ ਸਟੱਡੀ ਚੈਨਲ ਨੂੰ ਵਿਜ਼ਿਟ ਕਰੋ ਅਤੇ ਲੇਟੈਸਟ ਵੀਡੀਓਜ਼ ਦੇਖੋ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਅਸੀਂ ਉਹ ਤੁਹਾਡੇ ਲਈ ਕੰਪਿਊਟਰ IT ਨਾਲ ਰਿਲੇਟਡ ਹੋਰ ਬਹੁਤ ਵਧੀਆ ਸੀਰੀਜ਼ ਲੈ ਕੇ ਆ ਰਹੇ ਹਾਂ। ਥੈਂਕ ਯੂ।